ਸਵਾਗਤ ਹੈ ਇੱਕ ਵਾਰੀ ਫਿਰ ਤੁਹਾਡੇ ਆਪਣੇ ਚੈਨਲ ਐਸੋਮੈਟਿਕ ਕੀ ਸੋਲਿਊਸ਼ਨ 'ਤੇ। ਮੈਂ ਤੁਹਾਡਾ ਦੋਸਤ ਵਰਿੰਦਰ, ਹਰ ਇੱਕ ਖਬਰ ਤੁਹਾਡੀ ਨਜ਼ਰ ਲੈ ਕੇ ਆਉਣਾਗਾ। ਪੰਜਾਬ ਸਰਕਾਰ ਵੱਲੋਂ 9ਵੀਂ ਤੋਂ 12ਵੀਂ ਤੱਕ ਸਕੂਲ 15 ਅਕਤੂਬਰ ਤੋਂ ਖੋਲ੍ਹਣ ਦਾ ਫੈਸਲਾ ਲਿਆ ਗਿਆ। ਨਾਲ ਹੀ ਸਕੂਲ ਖੋਲ੍ਹਣ ਸੰਬੰਧੀ ਨੇ ਜਿਹੜੇ ਦਿਸ਼ਾ ਨਿਰਦੇਸ਼ ਜਾਰੀ ਕਰ ਚੁੱਕੇ ਨੇਗੇ। 9ਵੀਂ ਤੋਂ ਲੈ ਕੇ 12ਵੀਂ ਜਮਾਤ ਤੱਕ ਦੇ ਵਿਦਿਆਰਥੀ ਜਿਹੜੇ ਕਿ ਆ ਉਹ ਸਕੂਲ ਜਾ ਸਕਦੇ ਨੇਗੇ। ਦਿਨ 'ਚ ਸਿਰਫ 3 ਘੰਟੇ ਲਈ ਖੁੱਲ੍ਹੇ ਰਹਿਣਗੇ ਸਕੂਲ। ਜਿੱਥੇ ਵਿਦਿਆਰਥੀਆਂ ਦੀ ਗਿਣਤੀ ਵੱਧ ਹੋਵੇਗੀ ਉੱਥੇ ਅਧਿਆਪਕ 2 ਸ਼ਿਫਟਾਂ 'ਚ ਬੱਚਿਆਂ ਨੂੰ ਬੁਲਾ ਸਕਣਗੇ। ਸਿਹਤ ਵਿਭਾਗ ਵੱਲੋਂ ਦਿੱਤੀਆਂ ਗਈਆਂ ਹਦਾਇਤਾਂ ਮੁਤਾਬਕ ਜਿਹੜੇ ਉਹ ਰੂਲ ਲਾਗੂ ਕਰਨੇ ਹੋਣਗੇ। ਮਾਸਕ, ਸੈਨੇਟਾਈਜ਼ਰ, ਇਸ ਤਰ੍ਹਾਂ ਦੇ ਰੂਲ ਨੇ ਜਿਹੜੇ ਉਹ ਅਪਣਾਉਣੇ ਪੈਣਗੇ ਸਾਰੇ ਬੱਚਿਆਂ ਨੂੰ। ਚੰਡੀਗੜ੍ਹ ਤੋਂ ਜਿਹੜੀ ਨਿਊਜ਼ ਆਈ ਹੈ ਜੀ, 15 ਅਕਤੂਬਰ ਤੋਂ ਸਕੂਲ ਖੋਲ੍ਹਣ ਸੰਬੰਧੀ ਦਿਸ਼ਾ ਨਿਰਦੇਸ਼ ਜਾਰੀ ਕਰ ਦਿੱਤੇ ਗਏ ਨੇ। 9ਵੀਂ ਤੋਂ 12ਵੀਂ ਤੱਕ ਦੇ ਜਿਹੜੇ ਬੱਚੇ ਨੇ ਉਹ ਸਕੂਲ ਜਾ ਸਕਦੇ ਨੇ ਸਿਰਫ 3 ਘੰਟੇ ਹੀ। ਸਿਹਤ ਵਿਭਾਗ ਵੱਲੋਂ ਦਿੱਤੀਆਂ ਹਦਾਇਤਾਂ ਮੁਤਾਬਕ ਜਿਹੜੀ ਡਿਸਟੈਂਸ ਦੂਰੀ ਨੂੰ ਯਕੀਨੀ ਬਣਾਉਣਾ ਲਾਜ਼ਮੀ ਆ। 20 ਤੋਂ ਵੱਧ ਵਿਦਿਆਰਥੀ ਨਹੀਂ ਹੋਣਗੇ ਜਮਾਤ ਦੇ ਵਿੱਚ। 1 ਬੈਂਚ 'ਤੇ ਸਿਰਫ 1 ਵਿਦਿਆਰਥੀ ਨੂੰ ਬੈਠਣ ਦੀ ਇਜਾਜ਼ਤ ਹੋਵੇਗੀ। ਮਾਸਕ ਪਾਉਣਾ, ਸੈਨੇਟਾਈਜ਼ਰ ਅਤੇ ਪ੍ਰੋਟੋਕਾਲ ਦੀ ਜਿਹੜੀ ਆ ਲਾਜ਼ਮੀ ਹੋਣਗੇ, ਜਿੰਨੇ ਵੀ ਪ੍ਰੋਟੋਕਾਲ ਨੇ ਸਿਹਤ ਵਿਭਾਗ ਵੱਲੋਂ ਦਿੱਤੀਆਂ ਗਈਆਂ ਹਦਾਇਤਾਂ ਦੇ ਮੁਤਾਬਕ ਸਾਰਾ ਕੁਛ ਚੱਲਣਾ ਗਾ। ਹੋਰ ਇਸ ਤਰ੍ਹਾਂ ਦੀਆਂ ਅਪਡੇਟ ਸਭ ਤੋਂ ਪਹਿਲਾਂ ਦੇਖਣ ਲਈ ਚੈਨਲ ਨੂੰ ਸਬਸਕ੍ਰਾਈਬ, ਲਾਈਕ, ਸ਼ੇਅਰ ਵੱਧ ਤੋਂ ਵੱਧ ਕਰੋ। ਥੈਂਕ ਯੂ।